ਨਾਨਕੇ ਕਹਿੰਦੇ ਛੁੱਟੀਆਂ ਕੱਟਣ ਤਾਂ ਆਉਂਦੇ ਸੀ, ਹੁਣ ਮੁੰਡਾ ਚੋਣ ਲੜਨ ਆ ਗਿਆ। ਨਹੀਂ ਮੈਂ ਤਾਂ ਇੱਥੇ ਪੜ੍ਹਿਆ ਵੀ ਆ, ਮੈਂ 4 ਸਾਲ ਪੜ੍ਹਿਆ ਨਾਨਕੀ। ਅੱਛਾ, 6ਵੀਂ ਤੋਂ 9ਵੀਂ ਤੱਕ ਜਲਾਲ ਜੀ। ਅੱਛਾ, ਉਹ ਹਾਲਾਤ ਤੇ ਅੱਜ ਦੇ ਹਾਲਾਤ ਹੁਣ ਕਿਹੜਾ ਕੱਟ ਗਿਆ ਉਧਰ ਵੇਖਿਆ ਮਾਹੌਲ? ਹਾਂਜੀ ਹਾਂਜੀ ਹਾਂਜੀ, ਜਾ ਕੇ ਆਇਆ 2-3 ਵਾਰੀ ਜਾ ਆਇਆ ਇੱਥੇ। ਨਾਨਕੇ ਕਿਵੇਂ ਜੇ ਲੱਗੇ ਹੁਣ ਵੋਟਾਂ ਵਾਲੀ ਨਜ਼ਰ ਨਾਲ? ਦੇਖੋ ਜੀ, ਕੱਲ ਕਾਫਲਾ ਲੰਘਿਆ ਸੀ ਉੱਥੋਂ, ਵੀ ਨਾਨਕਿਆਂ ਨੇ ਸਵਾਦ ਦਿੱਤਾ ਵੀ ਇੰਨਾ ਰਸ਼ ਉੱਥੇ, ਤੇ ਉੱਥੋਂ ਦੇ ਪ੍ਰਬੰਧਕ ਨੇ, ਚਾਹੇ ਉਹ ਬੂਟਾ ਜਲਾਲ ਜੀ ਹੈ ਔਰ ਮੇਰੇ ਮਾਮੇ ਦੇ ਬੇਟੇ ਹੈ ਦਿਲਬਾਗ ਬਾਗੀ ਜੀ, ਤੇ ਬਾਕੀ ਮਾਸਟਰ ਜਰਨੈਲ ਹੋਣੀ, ਹੋਰ ਜਗਤਾਰ ਹੋਣੀ, ਕਾਫੀ ਮੇਰੇ ਮਿੱਤਰ ਜਿਹੜਾ ਕਾਲਾ ਹੈ ਉਹ, ਤੇ ਲਾਡੂ ਹੋਣੀ, ਕੋਚੀ ਹੋਣੀ, ਕਾਫੀ ਮਤਲਬ ਮੇਰੇ ਮਿੱਤਰ ਨੇ ਉੱਥੇ, ਸਾਰਿਆਂ ਨੇ ਜਗਪਾਲ ਹੋਣੀ, ਸਾਰਿਆਂ ਨੇ ਬੜਾ ਵਧੀਆ ਸਵਾਗਤ ਕੀਤਾ ਜੀ ਉੱਥੇ, ਬਹੁਤ ਸਵਾਦ ਆਇਆ। ਅੱਛਾ, ਕਿੰਨਾ ਕੁ ਚਿਰ ਹੋ ਗਿਆ ਮਤਲਬ, ਕਿਉਂਕਿ ਦੇਖੋ ਕਹਿੰਦੇ ਨੇ ਕਿ ਬੰਦਾ ਬੇਸ਼ੱਕ ਦਿਲੋਂ ਜਿਸ ਤਰ੍ਹਾਂ ਦਾ ਵੀ ਰਵੇ, ਪਰ ਜਿਹੜੇ ਤੁਹਾਡੇ ਹਾਲਾਤ ਹੁੰਦੇ ਆ, ਤੁਹਾਡੀ ਨੌਕਰੀ, ਇੱਕ ਤਾਂ ਨੌਕਰੀ ਤੁਹਾਡੀ ਇਹ ਹਨਾ, ਤੁਹਾਡੇ ਪ੍ਰੋਫੈਸ਼ਨ ਦੇ ਚੱਲਦਿਆਂ ਮਜਬੂਰੀਆਂ ਬੜੀਆਂ ਬਣ ਜਾਂਦੀਆਂ, ਕਿੰਨਾ ਕੁ ਇੱਕ ਵਕਫੇ ਦੇ ਬਾਅਦ ਇੱਥੇ ਟਾਈਮ ਦੇਣ ਦਾ ਮੌਕਾ ਮਿਲਿਆ? ਇੱਥੇ ਤਾਂ ਬਹੁਤ ਟਾਈਮ ਹੋ ਗਿਆ ਸੀ, ਕਿਉਂਕਿ ਜੀ ਮੇਰੇ ਮਿੱਤਰ ਤਾਂ ਮਿਲਦੇ ਰਹਿੰਦੇ ਮੈਨੂੰ ਗਾਹੇ ਵਗਾਹੇ, ਤੇ ਪਰ ਪਿੰਡ ਜਿਹੜਾ ਮੇਰਾ ਆਪਦਾ ਪਿੰਡ ਹੈ ਜਿਹੜਾ, ਉੱਥੇ ਮੈਂ ਮਹੀਨੇ ਚ ਮੇਰੇ 2-3 ਗੇੜੇ 4 ਗੇੜੇ ਲੱਗ ਜਾਂਦੇ ਆ। ਅੱਛਾ, ਹਾਂ, ਮੈਂ ਤੁਹਾਨੂੰ ਦੱਸਦਾ ਵੀ ਪਿੰਡ ਚੋਂ ਨਿਕਲੇ ਨੂੰ ਮੈਂ 16 ਸਾਲ ਦਾ ਸੀ ਸਮਝ ਲਓ, ਜਦੋਂ ਪਿੰਡੋਂ ਬਾਹਰ ਆ ਗਿਆ ਸੀ। ਪਹਿਲਾਂ ਨਾਨਕੀ ਵਿੱਚ ਉਹਦੇ ਵਿੱਚੋਂ 4 ਸਾਲ ਮੈਂ ਨਾਨਕੀ ਵੀ ਰਿਹਾ, ਉਦੋਂ ਬਾਅਦ ਚ 16 ਸਾਲ ਦਾ ਜਦੋਂ ਮੈਂ ਪਿੰਡੋਂ ਨਿਕਲ ਕੇ ਕਾਲਜ ਪੜ੍ਹਨ ਆ ਗਿਆ, ਉੱਥੇ ਕਮਰਾ ਲੈ ਕੇ ਰਹਿਣ ਲੱਗ ਗਏ, ਤੇ ਪਰ ਪਿੰਡ ਮੇਰੇ ਚੋਂ ਅਜੇ ਤੱਕ ਨੀ ਨਿਕਲਿਆ। ਅੱਛਾ, ਜਿਹੜੇ ਇਹ ਨਾਨਕੀ ਅੱਗੇ ਮੁੰਡੇ ਅਕਸਰ ਹੀ ਜਵਾਕ ਪੜ੍ਹਨ ਲੱਗ ਜਾਂਦੇ ਸੀਗੇ, ਇਹ ਤੁਹਾਡਾ ਕੀ ਕਾਰਨ ਬਣਿਆ ਕਿ ਨਾਨਕੀ ਆ ਕੇ ਉਸ ਵੇਲੇ ਪੜ੍ਹਨਾ ਲੱਗੇ? ਉਹ ਪਤਾ ਹੀ ਨਹੀਂ ਉਦੋਂ ਕੀ ਕਾਰਨ ਸੀ ਅਸਲ। ਹਾਂ, ਮੇਰੇ ਜਿਹੜੇ ਮੈਂ ਮਾਮਾ ਜੀ ਦੇ ਬੇਟੇ ਦਾ ਨਾਂ ਦੱਸਿਆ ਦਿਲਬਾਗ ਬਾਗੀ, ਉਹ ਮੇਰੇ ਪਿੰਡ ਡਾਕਟਰੀ ਕਰਦੇ ਸੀ, ਤੇ ਉਹ ਮੇਰੇ ਵੱਡੇ ਭਰਾ ਸੀਗੇ ਬਲਵਿੰਦਰ ਸਿੰਘ, ਤੇ ਉਹ ਇਕੱਠੇ ਦੋਨੋਂ ਰਲ ਕੇ ਜਿਵੇਂ ਪਿੰਡ 4 MP ਡਾਕਟਰ ਹੁੰਦੇ ਉਹ ਸੀਗੇ, ਫਿਰ ਉਹ ਉੱਥੇ ਦੇਖਿਆ ਉਹਨਾਂ ਨੇ ਵੀ ਚੱਲ ਇਹ ਉੱਥੇ ਇਹਨੂੰ ਪੜ੍ਹਾ ਲੈਂਦੇ ਹਾਂ, ਉਹੀ ਬੈਠੇ ਬੈਠੇ ਗੱਲ ਜੀ ਬਣ ਗਈ ਤੇ ਇੱਥੇ ਲੈ ਆਏ। ਪਹਿਲਾਂ ਹੁਣ ਵਾਲਾ ਕੰਮ ਨਹੀਂ ਨਾ ਸੀ ਕਿ ਨਾ ਬੇਟਾ ਤਾਂ ਕੋਲੇ ਰਹੂਗਾ, ਬੇਟਾ ਕੀ ਖਾਊਗਾ, ਪਹਿਲਾਂ ਚੁੱਪ ਕਰਕੇ ਤੁਰ ਦਵੇ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਬੜਾ ਵੀ ਲੜ ਲੜੋ। ਹਾਂਜੀ ਹਾਂਜੀ। ਅੱਛਾ, ਇੱਕ ਜੀ ਮੈਨੂੰ ਦੱਸੋ, ਇੰਨੇ ਚਿਰ ਬਾਅਦ ਤੁਸੀਂ ਨਾਨਕੀ ਆਏ ਹੋ ਚੋਣ ਲੜਨ ਆ ਗਏ, ਹਾਂਜੀ, ਹੁਣ ਤੁਹਾਡੇ ਨਾਲ ਹੈ ਕੌਣ ਇੱਥੇ? ਇੱਕ ਹਿਸਾਬ ਦਾ ਜਿੱਦਾਂ ਇੱਕ ਵਕਫਾ ਵੀ ਪੈ ਗਿਆ ਜੀ ਜੀ, ਅੱਜ ਤੁਹਾਡੇ ਨਾਲ ਪ੍ਰਚਾਰ ਦੇ ਵਿੱਚ ਨਿਤਰਿਆ ਕੌਣ ਹੈ? ਪ੍ਰਚਾਰ ਦੇ ਵਿੱਚ ਕਿੱਥੋਂ ਦੀ ਗੱਲ ਕਰਦੇ ਤੁਸੀਂ? ਫਰੀਦਕੋਟ ਪੂਰੀ ਸੀਟ? ਨਹੀਂ ਨਹੀਂ ਨਹੀਂ, ਪੂਰੀ ਸੀਟ ਨਹੀਂ, ਮੇਰੇ ਪਿੰਡ ਦੀ ਗੱਲ ਕਰਦੇ ਹੋ, ਨਾਨਕਿਆਂ ਦੀ ਕਰਦੇ ਹੋ, ਕਿੱਥੇ ਦੀ ਗੱਲ ਕਰਦੇ? ਤੁਹਾਡੇ ਇਸ ਅੱਜ ਇੱਥੇ ਜਦੋਂ ਕਿਤੇ ਤੁਸੀਂ ਜਾ ਕੇ ਚੋਣ ਕੰਪੇਨ ਸੰਭਾਲਣੀ ਹੁੰਦੀ ਹੈ, ਹਾਂਜੀ, ਤਾਂ ਤੁਹਾਨੂੰ ਬੰਦਿਆਂ ਦੀ ਲੋੜ ਪੈਂਦੀ ਹੈ। ਬਿਲਕੁਲ, ਤੇ ਬੰਦੇ ਇੱਦਾਂ ਸੱਦੇ ਤੋਂ ਕਿਉਂ ਆਉਂਦਾ ਨਹੀਂ? ਠੀਕ ਹੈ, ਪੋਲੀਟੀਕਲ ਬੰਦੇ ਪਾਰਟੀ ਦੇ ਨਾਲ ਹੁੰਦੇ ਆ, ਪਰ ਜਿਹਦੇ ਤੇ ਬੰਦਾ ਅੱਖਾਂ ਮੀਚ ਕੇ ਭਰੋਸਾ ਵੀ ਕਰਦਾ ਜੀ ਜੀ, ਤੇ ਜਿਹਦੇ ਤੇ ਪਤਾ ਹੁੰਦਾ ਵੀ ਇਹਨੇ ਜੋ ਕਹਿਤਾ ਪਾਰ ਹੈ, ਉਹ ਬੰਦੇ ਕੌਣ ਨੇ ਫਿਰ ਇੱਥੇ ਨਾਲ? ਮੇਰੇ ਪਿੰਡ ਤੋਂ ਨੇ ਜੀ, ਪਵਿੱਤਰ ਸਰਪੰਚ, ਤੇ ਆਪਣਾ ਢੀਂਡਸਾ ਕਵਲ ਜੀ ਢੀਂਡਸਾ, ਜਿਹੜੇ ਮੇਰੇ ਕਾਲਜ ਦੇ ਉਹ ਨੇ, ਤੇ ਪਵਿੱਤਰ ਮੇਰਾ ਬਚਪਨ ਦਾ ਸਾਥੀ ਹੈ ਪਿੰਡ ਤੋਂ। ਪਵਿੱਤਰ ਨਿੱਕੇ ਹੁੰਦੇ ਸਕੂਲ ਇਕੱਠੇ ਪੜ੍ਹਦੇ? ਬਿਲਕੁਲ ਜੀ, ਹਾਂ, ਤੇ ਢੀਂਡਸਾ ਕਾਲਜ ਪੜ੍ਹਦਾ ਸੀ? ਢੀਂਡਸਾ ਕਾਲਜ ਪੜ੍ਹਦਾ ਸੀ ਉਹ ਹੈ, ਤੇ ਮੇਰੇ ਪਿੰਡ ਤੋਂ ਰਣਜੀਤ ਸਿੰਗਲਾ ਜੀ ਨੇ, ਅਸੀਂ ਇਕੱਠੇ ਮਤਲਬ ਹੈ ਥੋੜਾ 2-4 ਸਾਲ ਦਾ ਫਰਕ, ਤੇ ਉਹ ਵੀ ਇੱਥੇ ਨੇ, ਤੇ ਬਾਕੀ ਜਿਹੜੇ ਮਨਜੀਤ ਸਿੰਘ ਹੈ ਇੱਕ ਮੇਰਾ ਲਾਈਫ ਦਾ ਪਹਿਲਾ ਮਿੱਤਰ ਹੈ ਜੀ, ਉਹਦੇ ਸਾਡੇ ਪਿੰਡ ਨਾਨਕੇ ਹੁੰਦੇ ਸੀ। ਮਨਜੀਤ ਸਿੱਧੂ? ਨਹੀਂ, ਮਨਜੀਤ ਸਿੰਘ ਇੱਕ ਹੋਰ ਹੈ ਜੀ, ਮਨਜੀਤ ਸਿੱਧੂ ਕਾਲਜ ਵਾਲਾ, ਤੇ ਉਹ ਵੀ ਇੱਥੇ ਕੰਪੇਨ ਦੇ ਵਿੱਚ ਹੈਗਾ, ਤੇ ਇੱਕ ਮੇਰਾ ਸਤਿੰਦਰ ਉਹ ਮੇਰੇ ਨਾਲ ਦੇ ਪਿੰਡ ਚ, ਉਹ ਵੀ ਕਾਲਜ ਵਾਲਾ ਮਿੱਤਰ, ਉਹ ਵੀ ਮੇਰੇ ਨਾਲ ਹੈਗਾ, ਤੇ ਪਿੰਡੋਂ ਬੋਰੀਏ ਹੋਣੀ, ਕਰਮੀ ਹੋਣੀ, ਪਰਮੇਲਜੋਤ ਟਾਟਾ, ਤੇ ਇਹ ਜਿਹੜੇ ਮੇਰੇ ਬਚਪਨ ਦੇ ਸਾਥੀ ਨੇ ਉਹ ਸਾਰੇ ਇੱਥੇ ਨੇ ਜੀ।
ਸਕੂਲ ਵੇਲੇ ਦੇ ਤੱਪੜ ਵਾਲੇ ਸਕੂਲ ਵੇਲੇ ਦੇ ਪਹਿਲੀ ਕਲਾਸ ਅੱਜ ਵੇਲੇ ਦੇ ਤੇ ਨਾਨਕਿਆਂ ਵਾਲੇ ਹੈਗੇ ਉਹ ਵੀ ਹੈਗੇ ਆ ਜੀ ਉਹਨਾਂ ਨੇ ਸੰਭਾਲੀ ਹੋਈ ਹੈ ਸਾਰੀ ਇਧਰਲੀ ਕਮਾਂਡ ਉਹ ਕਹਿੰਦੇ ਤੂੰ ਇਧਰਲਾ ਫਿਕਰ ਨਾ ਕਰ ਅਸੀਂ ਆਪੇ ਹੈਗੇ ਅੱਛਾ ਇੱਕ ਚੀਜ਼ ਹੋਰ ਦੱਸੋ ਮੈਨੂੰ ਤੁਸੀਂ ਮੈਨੂੰ ਕੋਈ ਜਿਵੇਂ ਤੁਸੀਂ ਆਹ ਨਾਮ ਦੱਸੇ ਆ ਤੁਹਾਡੇ ਪਿੰਡ ਵਾਲੇ ਸਕੂਲ ਦੇ ਕੋਈ ਦੋ ਚਾਰ ਨਾਮ ਦੱਸ ਸਕਦੇ ਜਿਹੜੇ ਤੁਹਾਡੇ ਨਾਲ ਅੱਜ ਹੋਣ ਸਰਕਲ ਚ ਜਿਨ੍ਹਾਂ ਨਾਲ ਰੂਟੀਨ ਚ ਗੱਲ ਕਰਦੇ ਹੋ ਸਾਰਿਆਂ ਨਾਲ ਹੀ ਜੀ ਮੇਰੇ ਤਾਂ ਮੇਰੇ ਖਿਆਲ ਅੱਧਾ ਪਿੰਡ ਹੋਊਗਾ ਮੇਰੇ ਸਰਕਲ ਚ ਤਾਂ ਨਾਨਕਿਆਂ ਦੇ ਅਸੀਂ ਮੈਂ ਤੁਹਾਨੂੰ ਦੱਸਦਾ ਵੀ ਮੈਂ ਪਿੰਡ ਦੀ ਗੱਲ ਦੱਸਦਾ ਮੇਰੇ ਦੀ ਪਹਿਲਾਂ ਵੀ ਜਿਹੜੇ ਅਸੀਂ 25-30 ਮਿੱਤਰ ਸੀਗੇ ਜੀ ਅਸੀਂ ਜਦੋਂ ਸਕੂਲੋਂ ਆਉਣਾ ਵਾਪਸ ਜਾਂ ਕਾਲਜ ਤੋਂ ਆਉਣਾ ਅਸੀਂ ਸ਼ਾਮ ਨੂੰ ਸਾਡੀ ਮਹਿਫਲ ਲੱਗਦੀ ਹੁੰਦੀ ਸੀ 25-30 ਜਣਿਆਂ ਦੀ ਅਸੀਂ ਕਿਸੇ ਵੀ ਘਰ ਦੇ ਵਿੱਚ ਬੈਠ ਕੇ ਜਿੱਥੇ ਵੀ ਬੈਠੇ ਹੁੰਦੇ ਉੱਥੇ ਹੀ ਰੋਟੀ ਖਾਣੀ ਉੱਥੇ ਹੀ ਸੌ ਜਾਣਾ ਤੇ ਕਿਸੇ ਨੂੰ ਬਾਹਰਲੇ ਬੰਦੇ ਨੂੰ ਇਹ ਨੀ ਮਹਿਸੂਸ ਹੁੰਦਾ ਸੀ ਵੀ ਇਹਨਾਂ ਬੰਦਿਆਂ ਚੋਂ ਮੁੰਡਿਆਂ ਚੋਂ ਵੀ ਘਰ ਕਿਹਦਾ ਹੈ ਵੀ ਐਂ ਲੱਗਦਾ ਸੀ ਜਿਵੇਂ ਸਾਰੇ ਇੱਕੋ ਘਰ ਦੇ ਬੱਚੇ ਹੁੰਦੇ ਨੇ ਮਤਲਬ ਸਾਡਾ ਉਦੋਂ ਦਾ ਪਿਆਰ ਹੁਣ ਤੱਕ ਵੀ ਅਸੀਂ ਮੈਂ ਜਦੋਂ ਪਿੰਡ ਹੁੰਦਾ ਕਦੇ ਇਹ ਨੀ ਹੋਇਆ ਵੀ ਅਸੀਂ ਜਿਹੜੇ ਦੋਸਤ ਦੋ ਚਾਰ ਹੁਣ ਪਿੰਡ ਰਹਿੰਦੇ ਨੇ ਹਨਾ ਵੀ ਕਦੇ ਇਹ ਹੋਵੇ ਵੀ ਮੈਂ ਆਪਣੇ ਘਰੇ ਪਿਆ ਉਹ ਆਪਣੇ ਘਰੇ ਪਿਆ ਅਸੀਂ ਇਕੱਠੇ ਹੀ ਇੱਕੋ ਘਰ ਹੀ ਪੈਂਦੇ ਜਿਹਦੇ ਮਰਜ਼ੀ ਹੋਈ ਅੱਜ ਤੱਕ ਉਵੇਂ ਸਾਡਾ ਉਹੀ ਹਾਲਾਤ ਹਾਂਜੀ ਹਾਂਜੀ ਅੱਛਾ ਮੈਂ ਇੱਕ ਚੀਜ਼ ਨਾ ਤੁਹਾਡੇ ਤੋਂ ਤਾਂ ਸਮਝ ਨਹੀਂ ਚਾਹੁੰਦਾ ਕਿ ਹੁਣ ਬੰਦੇ ਨਵੇਂ ਨਾਲ ਰਲਾਏ ਚੋਣ ਲੜਨ ਨੂੰ ਕਿ ਪੁਰਾਣੀ ਰੱਖੇ ਨਹੀਂ ਮੇਰੇ ਪੁਰਾਣੇ ਨੇ ਜੀ ਸਾਰੇ ਤਕਰੀਬਨ ਮੈਨੂੰ ਇਹ ਲੱਗਦਾ ਵੀ ਇੱਕ ਤਾਂ ਜਮਾ ਹੀ ਜਿਹੜੇ ਪਹਿਲੀ ਕਲਾਸ ਤੋਂ ਇਕੱਠੇ ਸੀ ਉਹ ਨੇ ਫਿਰ ਮੇਰੇ ਕਾਲਜ ਵਾਲੇ ਨੇ ਗੁੱਸੇ ਵੀ ਹੋਏ ਪੰਜ ਚਾਰ ਕੋਈ ਕਿਵੇਂ ਨਾ ਗੁੱਸਾ ਕੋਈ ਨਹੀਂ ਹੋਇਆ ਨਾ ਨਾ ਮੈਂ ਅੱਜ ਤੱਕ ਨਹੀਂ ਮੇਰੇ ਨਾਲ ਕੋਈ ਵੀ ਮਿੱਤਰ ਮੇਰਾ ਟੁੱਟਿਆ ਨਹੀਂ ਹੈਗਾ ਮਾਫ ਕਰਨਾ ਮੈਂ ਇਹ ਸਵਾਲ ਤੁਸੀਂ ਕਹਿ ਰਹੇ ਹੋਵੋਗੇ ਕਿ ਕੀ ਪੁੱਛੀ ਜਾਂਦਾ ਨਰਿੰਦਰ ਕੋਈ ਪੋਲੀਟੀਕਲ ਸਵਾਲ ਨਹੀਂ ਪੁੱਛਦਾ ਬਈ ਕਰਮਜੀਤ ਜੀ ਮੇਰਾ ਇਹ ਸਵਾਲ ਪੁੱਛਣ ਦਾ ਕਾਰਨ ਇਹ ਹੈ ਮੈਂ ਮੇਰੇ ਘਰ ਚ ਅਕਸਰ ਗੱਲ ਹੁੰਦੀ ਹੈ ਜਾਂ ਜਿਹੜੇ ਸਾਡਾ ਸਰਕਲ ਹੈ ਚਾਹੇ ਸਾਡੇ ਰਿਸ਼ਤੇਦਾਰ ਹੋਣ ਤਾਂ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਜੇ ਤੁਸੀਂ ਕਿਸੇ ਬੰਦੇ ਨੂੰ ਪਰਖਣਾ ਵੀ ਇਹਦੇ ਨਾਲ ਵਰਤਣਾ ਹੈ ਕਿ ਨਹੀਂ ਵਰਤਣਾ ਤਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਇਹ ਪਤਾ ਕਰ ਲਿਓ ਵੀ ਉਹਦੇ ਨਾਲ ਪਿਛਲੇ 10-15 ਸਾਲਾਂ ਤੋਂ ਬੰਦੇ ਉਹੀ ਤੁਰੇ ਆਉਂਦੇ ਕਿ ਹਰ ਸਾਲ ਨਵੇਂ ਹੁੰਦੇ ਆ ਨਹੀਂ ਮੇਰੇ ਤਾਂ ਬਚਪਨ ਤੋਂ ਹੀ ਨਾਲ ਉਹੀ ਤੁਰੇ ਹੋਏ ਨੇ ਕਿ ਜਿਹਦੇ ਨਾਲ 15-20 ਸਾਲ ਦੇ ਬੰਦੇ ਨਾਲ ਨੇ ਇਹਦਾ ਮਤਲਬ ਉਹ ਬੰਦਾ ਵਰਤਣ ਵਾਲਾ ਤੇ ਜੇ ਬੰਦੇ ਹਰ ਸਾਲ ਨਵੇਂ ਹੁੰਦੇ ਆ ਤੇ ਇਹਦਾ ਮਤਲਬ ਉਹ ਬਸ ਸੁੰਬਰ ਕੇ ਜ਼ਿਆਦਾ ਗਾਂ ਜਾਣ ਵਾਲਾ ਦੇਖੋ ਜੀ ਮੇਰੇ ਮਤਲਬ ਵੀ ਉਹ ਬੰਦੇ ਆ ਮੇਰੇ ਨਾਲ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਜੁੜੇ ਜਿਨ੍ਹਾਂ ਤੇ ਮੈਂ ਆਪਣੇ ਨਾਲੋਂ ਵੱਧ ਵਿਸ਼ਵਾਸ ਕਰ ਸਕਦਾ ਹੋ ਸਕਦਾ ਮੇਰਾ ਕਿਤੇ ਮਨ ਮਤਲਬ ਫਿਸਲ ਜੇ ਪਰ ਉਹਨਾਂ ਦਾ ਨਹੀਂ ਹੋ ਸਕਦਾ ਤੇ ਫਰੀਦਕੋਟ ਵਾਲੇ ਲੋਕ ਇਹ ਸਵਾਲ ਮੈਂ ਚਾਹੇ ਫਰੀਦਕੋਟ ਵਾਲੇ ਲੋਕਾਂ ਦੇ ਬਿਹਾਫ ਤੇ ਕਿਉਂਕਿ ਮੈਂ ਵੀ ਇੱਥੋਂ ਦਾ ਹੀ ਹਾਂ ਜੀ ਜੀ ਇੱਥੋਂ ਦਾ ਬਸ਼ਿੰਦਾ ਤੇ ਫਰੀਦਕੋਟ ਵਾਲੇ ਲੋਕ ਫਿਰ ਤੁਹਾਡੇ ਉਹ ਮਿੱਤਰਾਂ ਨੂੰ ਤੁਹਾਡੇ ਤੇ ਭਰੋਸਾ ਕਰ ਸਕਦੇ ਬਿਲਕੁਲ ਕਰ ਸਕਦੇ ਜੀ ਇਹਨਾਂ ਨੂੰ ਸੋਚਣ ਕਿਤੇ ਮੁੜ ਕੇ ਆਏ ਅਕਾਲੀਦਲ ਵਾਲੇ ਕਹਿ ਰਹੇ ਸੀ ਕਿ ਇਹ ਤਾਂ ਭਾਈ 3 ਸਾਲ ਦੀ ਬੁਕਿੰਗ ਕਰੀ ਬੈਠਾ ਇਹਨੇ ਤੁਹਾਨੂੰ ਲੱਭਣਾ ਨਹੀਂ ਮੈਨੂੰ ਇਹ ਤਾਂ ਦੱਸ ਦੋ ਵੀ ਉਹ ਮੇਰੇ ਮੈਨੇਜਰ ਨੇ ਜਿਹੜਾ ਉਹਨਾਂ ਨੂੰ ਪਤਾ ਬੁਕਿੰਗ ਉਹਨਾਂ ਦੇ ਲਿਸਟ ਸਾਡੇ ਕੋਲ ਕੱਢਣ ਫਿਰ ਇੱਕ ਵੀ ਦਿਖਾ ਦੇਣ ਉਹਨਾਂ ਦੇ ਕਰਮਜੀਤ ਨੇ ਲੱਭਣਾ ਨਹੀਂ 3 ਸਾਲ ਦੀ ਬੁਕਿੰਗ ਪਈ ਹੈ ਜਾਂ ਦੇ ਪੈਸੇ ਮੋੜਨੇ ਪੈਣੇ ਕੋਈ ਨੀ ਜੇ ਪੈਸੇ ਮੋੜਨੇ ਪਏ ਔਖਾ ਨਾ ਹੋ ਜੂ ਕੰਮ ਮੇਰੀ ਗੱਲ ਸੁਣੋ ਮੈਂ ਕਿਸੇ ਦੇ ਪੈਸੇ ਐਡਵਾਂਸ ਫੜਦਾ ਹੀ ਨਹੀਂ ਹੁੰਦਾ ਅੱਛਾ ਕਦੇ ਨਹੀਂ ਫੜਿਆ ਮੈਂ 117 ਫਿਲਮਾਂ ਕੀਤੀਆਂ ਨੇ ਬਹੁਤ ਘੱਟ ਸਮੇਂ ਚ ਮੇਰਾ ਖਿਆਲ 10-11 ਸਾਲਾਂ ਦੇ ਵਿੱਚ ਤੇ ਮੇਰਾ ਇੱਕ ਵੀ ਪ੍ਰੋਡਿਊਸਰ ਆ ਕੇ ਇਹ ਕਹਿ ਦੇ ਵੀ ਮੈਨੂੰ ਇਸ ਬੰਦੇ ਨੇ ਤੰਗ ਕੀਤਾ ਸਮੇਂ ਲਈ ਤੰਗ ਕੀਤਾ ਜਾਂ ਕੋਈ ਪੈਸੇ ਲਈ ਤੰਗ ਕੀਤਾ ਜਾਂ ਕੋਈ ਟੈਂਟਰਮ ਦਿਖਾਇਆ ਤੇ ਮੈਂ ਦੇਣਦਾਰ ਹੋਊਂਗਾ ਉਹਦਾ ਇੱਕ ਵੀ ਬੰਦਾ ਇੰਨੀਆਂ ਮਤਲਬ ਫਿਲਮਾਂ ਕੀਤੀਆਂ ਨੇ ਮੈਂ ਔਰ ਮੈਂ 24-24 ਘੰਟੇ ਵੀ ਫਿਲਮਾਂ 'ਚ ਕੰਮ ਕੀਤਾ ਉਹ ਇਸ ਕਰਕੇ ਕੀਤਾ ਕਿ ਡੇਟਸ ਨਹੀਂ ਮੈਚ ਹੁੰਦੀਆਂ ਸੀ ਜਦੋਂ ਤਾਂ ਜੇ ਮੈਂ ਇੱਕ ਅੱਧਾ ਦਿਨ ਵੀ ਇੱਧਰ ਉੱਧਰ ਕਰਦਾ ਹੁੰਦਾ ਤਾਂ ਲੱਖਾਂ ਦਾ ਨੁਕਸਾਨ ਪ੍ਰੋਡਿਊਸਰ ਦਾ ਹੁੰਦਾ ਮੈਂ ਇਹ ਜ਼ਿੰਦਗੀ ਦੇ ਵਿੱਚ ਮੈਂ ਕਦੇ ਵੀ ਇਹ ਨਹੀਂ ਚਾਹਿਆ ਵੀ ਮੇਰੀ ਵਜ੍ਹਾ ਤੋਂ ਕਿਸੇ ਦਾ ਨੁਕਸਾਨ ਹੋਵੇ ਅੱਛਾ ਕਰੋ ਜੀ ਤੁਹਾਡੇ ਮਾਮਾ ਜੀ ਬੜੇ ਵੱਡੇ ਨਾਮ ਰਹੇ ਪੰਜਾਬ ਦਾ ਉਹ ਸਾਰੀ ਉਮਰ ਰਹਿਣਗੇ ਜੀ ਜੀ ਐਸੇ ਨਾਮ ਉਹ ਹੁੰਦੇ ਜਿਹੜੇ ਚੜ ਜਾਂਦੇ ਆ ਕਿ ਉਹ ਕਦੇ ਵੀ ਖਤਮ ਨਹੀਂ ਹੁੰਦੇ ਜੀ ਜੀ
ਮਾਮੇ ਨਾਲ ਕਿੱਦਾਂ ਦੀ ਕਿੱਦਾਂ ਮਾਮੇ ਭਾਣਜੇ ਦੀ ਯਾਰੀ ਵੀ ਬੜੀ ਹੁੰਦੀ ਹੈ ਤੇ ਡਰ ਵੀ ਹੁੰਦਾ? ਨਹੀਂ ਜੀ, ਮੈਂ ਬਹੁਤ ਘੱਟ ਮਿਲਿਆ ਜੀ ਉਹਨਾਂ ਨੂੰ, ਉਹਨਾਂ ਤੋਂ ਡਰ ਲੱਗਦਾ ਸੀਗਾ, ਉਹ ਸੱਚੀ ਗੱਲ ਹੈ ਤੁਹਾਡੀ। ਤੇ ਉਹ ਪਰ ਉਹ ਜਦੋਂ ਮੈਂ ਮੇਰੀ ਪਹਿਲੀ ਟੇਪ ਆਈ, ਜਿਹੜੇ ਉਹਨਾਂ ਦੇ ਮਿਊਜ਼ੀਸ਼ੀਅਨ ਹੁੰਦੇ ਸੀ ਜਾਂ ਨਾਲ ਦੇ ਬੰਦੇ ਹੁੰਦੇ ਸੀ, ਉਹ ਦੱਸਦੇ ਹੁੰਦੇ ਸੀਗੇ ਵੀ ਯਾਰ ਇਹ ਤਾਂ ਪਤਾ ਹੀ ਲੱਗਾ ਵੀ ਇਹ ਵੀ ਗਾਉਂਦਾ। ਕਾਲਜ ਦੇ ਵਿੱਚ ਮੈਂ ਜਦੋਂ ਪਲੱਸ ਵਨ ਪਲੱਸ ਟੂ ਦੇ ਵਿੱਚ ਨਾ ਵਧੀਆ ਮੇਰੀ ਟੇਪ ਆ ਗਈ ਸੀਗੀ, ਤੇ ਉਹ ਕਹਿੰਦੇ ਵੀ ਜਦੋਂ ਕੋਈ ਟੇਪ ਉਹ ਖਰਾਬ ਹੋ ਜਾਂਦੀ ਸੀ ਜਾਂ ਕੋਈ ਗੁੰਮ ਜਾਂਦੀ ਸੀ, ਦੁਆਰੇ ਫਿਰ ਵੀ ਕਰਮੇ ਦੀ ਟੇਪ ਲੈ ਕੇ ਆਓ, ਮੈਨੂੰ ਘਰੇ ਕਰਮਾ ਕਹਿੰਦੇ ਹਨ, ਉਹ ਸੁਣਦੇ ਹੁੰਦੇ ਸੀ। ਤੇ ਮੈਨੂੰ ਇਸ ਗੱਲ ਤੋਂ ਖੁਸ਼ ਸੀਗੇ ਉਹ, ਕਹਿੰਦੇ ਵੀ ਯਾਰ ਮੈਨੂੰ ਸਭ ਤੋਂ ਵਧੀਆ ਗੱਲ ਹੋਈ ਵੀ ਇਸ ਬੰਦੇ ਨੇ ਮੇਰਾ ਨਾਂ ਨਹੀਂ ਵਰਤਿਆ, ਵੀ ਨਹੀਂ ਕੋਈ ਬਹੁਤ ਲੋਕਾਂ ਨੂੰ ਕਾਫੀ ਟਾਈਮ ਤੱਕ ਪਤਾ ਹੀ ਨਹੀਂ ਪਤਾ ਸੀਗਾ ਜੀ। ਹਾਂਜੀ, ਤੇ ਇਹ ਵੀ ਮੈਂ ਤਾਂ ਹੀ ਕਰ ਜਦੋਂ ਕੋਈ ਪੁੱਛਦਾ ਉਦੋਂ ਦੱਸਦਾ ਮੈਂ, ਅਦਰਵਾਈਜ਼ ਮੈਂ ਆਪਣੇ ਤੌਰ ਤੇ ਕਦੇ ਕਿਸੇ ਨੂੰ ਨਹੀਂ ਇਹ ਗੱਲ ਦੱਸੀ। ਮਾਮੇ ਦੀ ਕਾਫੀ ਉਹਨਾਂ ਦੇ ਬੋਲ ਮੈਂ ਤੁਹਾਡੇ ਮੂੰਹ ਤੁਹਾਨੂੰ ਗਾਉਂਦੇ ਸੁਣਿਆ, ਚਾਦਰ ਵਾਲਾ ਤਾਂ ਦੇਖੋ ਉਹਨਾਂ ਦਾ ਅਮਰ ਹੈ, ਉਹ ਸੁਣਾ ਦਿਓ ਦੋ ਬੋਲ। ਸੁਣਾਉਣਾ ਜੀ, ਬਾਕੀ ਮੈਂ ਮਾਨਕ ਸਾਹਿਬ ਬਾਰੇ ਇਹ ਦੱਸਦਾ ਕਿ ਮੈਂ ਬਚਪਨ ਤੋਂ ਸੁਣਿਆ ਹੀ ਉਹਨਾਂ ਨੂੰ ਹੈ, ਉਹਨਾਂ ਨੂੰ ਸੁਣ ਸੁਣ ਕੇ ਸਿੱਖਿਆ ਹਨਾ, ਮੈਨੂੰ ਐ ਲੱਗਦਾ ਸੀ ਵੀ ਹੋਰ ਕੋਈ ਸਿੰਗਰ ਹੀ ਨਹੀਂ ਹੈ। ਦਰਸ਼ਕ ਵੈਸੇ ਤਾਂ ਬਹੁਤ ਤਕਰੀਬਨ ਹੁਣ ਤਾਂ ਜਾਣਦੇ ਹੀ ਹੈ ਜੀ, ਤਾਂ ਬੜਾ ਕਲੀਅਰ ਹੈ ਕਿ ਇਹ ਕੁਲਦੀਪ ਸਿੰਘ ਮਾਣਕ, ਕੁਲਦੀਪ ਮਾਣਕ ਇੱਕ ਐਡਾ ਵੱਡਾ ਪੰਜਾਬੀ ਗਾਇਕੀ ਚ ਨਾਮ, ਉਹਨਾਂ ਦੇ ਭਾਣਜੇ ਨੇ। ਹੁਣ ਮਾਮੇ ਦੀ ਆਵਾਜ਼ ਸੁਣਾ। ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ, ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ, ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ। ਵਾਹ ਜੀ ਵਾਹ, ਕੀ ਬਾਤ ਹੈ। ਅੱਛਾ ਚਲੋ, ਇਹ ਤਾਂ ਤੁਹਾਡਾ ਇੱਕ ਨਿੱਜੀ ਸਫ਼ਰ ਹੋ ਗਿਆ ਜੀ ਜੀ, ਹੁਣ ਪੋਲੀਟੀਕਲ ਸਫ਼ਰ ਦੇ ਵਿੱਚ ਜੀ, ਫਰੀਦਕੋਟ ਦੀ ਇਸ ਸਿਆਸੀ ਜੰਗ ਨੂੰ ਕਿਵੇਂ ਦੇਖਦੇ ਹੋ? ਤੁਹਾਡੇ ਸਾਹਮਣੇ ਤੁਹਾਡੇ ਸੀਨੀਅਰ ਗਾਇਕ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨੇ, ਹੰਸਰਾਜ ਹੰਸੋਣੀ, ਬਿਲਕੁਲ ਜੀ। ਦੂਜੇ ਪਾਸੇ ਸਿਆਸੀ ਜਿਹੜੇ ਨਿਰੋਲ ਸਿਆਸੀ ਨੇ ਉਹ ਵੀ ਖੜੇ ਨੇ, ਅਕਾਲੀ ਦਲ ਹੈ ਉਧਰ, ਕਾਂਗਰਸ ਹੈ ਤੇ ਬੀਜੇਪੀ ਦੇ ਤੁਹਾਡੇ ਸੀਨੀਅਰ ਗਾਇਕ, ਇਸ ਹਾਲਾਤ ਦੇ ਵਿੱਚ ਕਿੱਥੇ ਦੇਖਦੇ ਆ ਕਰਮਜੀਤ ਮੂਲ ਆਪਣੇ ਆਪ ਨੂੰ ਕਿੱਥੇ ਸਟੈਂਡ ਕਰਦਾ? ਦੇਖੋ ਜੀ, ਲੋਕਾਂ ਦਾ ਬਹੁਤ ਮਣਾ ਮੂਹੀ ਪਿਆਰ ਮਿਲ ਰਿਹਾ, ਜਿੱਥੇ ਵੀ ਜਾਂਦੇ ਆ ਮਾਵਾਂ ਦੁਆਵਾਂ ਦਿੰਦੀਆਂ ਨੇ, ਸਿਰ ਪਲੋਸਦੀਆਂ ਨੇ, ਬਜ਼ੁਰਗਾਂ ਨੂੰ ਜਦੋਂ ਮੱਥਾ ਟੇਕੀਦਾ ਉਹ ਕਲਾ ਵਿੱਚ ਲੈਂਦੇ ਨੇ, ਬੱਚੇ ਬਹੁਤ ਪਿਆਰ ਕਰਦੇ ਨੇ, ਨੌਜਵਾਨ ਵੀਰ ਉਹ ਬਹੁਤ ਰਿਸਪੈਕਟ ਕਰਦੇ ਨੇ। ਔਰ ਮੈਨੂੰ ਇਹ ਲੱਗਦਾ ਕਿ ਵੀ ਮੈਂ ਮਤਲਬ ਕੋਈ ਪਿਛਲੇ ਜਨਮ ਚ ਬਹੁਤ ਚੰਗੇ ਕਰਮ ਕੀਤੇ ਹੋਣਗੇ ਕਿ ਜੇ ਮੈਨੂੰ ਲੋਕਾਂ ਦਾ ਇੰਨੀ ਮੁਹੱਬਤ ਮਿਲੀ। ਅੱਛਾ, ਇੱਕ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ, ਲੋਕ ਜਦੋਂ ਬੰਦਾ ਚੁਣਦੇ ਆ, ਵੋਟ ਪਾਉਂਦੇ ਆ, ਤਾਂ ਉਹ ਕਈ ਚੀਜ਼ਾਂ ਵੇਖਦੇ ਆ ਵੀ ਯਾਰ ਇਹਨੂੰ ਚੁਣ ਕੇ ਸਾਡੇ ਹੱਥ ਆਉਣਾ ਕੀ ਹੈ ਜੀ। ਪਹਿਲਾਂ ਤਾਂ ਇਹ ਕਿ ਜਦੋਂ ਜਿਹੜਾ ਸੰਸਦ ਚੁਣਨਾ ਤੁਹਾਡੇ ਚ ਕੋਈ ਹੋਵੇ, ਉਹ ਤਾਂ ਦੇਖੋ ਲੋਕਾਂ ਨੇ ਫੈਸਲਾ ਕਰਨਾ ਜੀ ਜੀ, ਪਾਰਲੀਮੈਂਟ ਜਾ ਕੇ ਉਹਨਾਂ ਦੀ ਆਵਾਜ਼ ਚੁੱਕੂਗਾ, ਇੱਕ ਤਾਂ ਇਹ ਕਿ ਕੇਂਦਰ ਚ ਉਹਨਾਂ ਦੀ ਆਵਾਜ਼ ਪਹੁੰਚੂਗੀ ਜੀ ਜੀ। ਦੂਜਾ ਹੁੰਦਾ ਹੈ ਲੋਕਲ, ਇੱਕ ਤਾਂ ਸਭ ਨੂੰ ਸਪਸ਼ਟ ਹੈ ਕਿ ਕਰਮਜੀਤ ਅਨਮੋਲ ਉਹ ਸ਼ਖਸ ਹੈ ਜਿਹਦਾ ਪੰਜਾਬ ਦਾ ਮੁੱਖ ਮੰਤਰੀ ਵੀ ਬੇਲੀ ਹੈ ਜੀ ਜੀ, 30-32 ਸਾਲ ਪੁਰਾਣੀ ਤੁਹਾਡੀ ਦੋਸਤੀ ਹੈ। ਹਾਂਜੀ ਹਾਂਜੀ ਹਾਂਜੀ, ਮੁੱਖ ਮੰਤਰੀ ਨਾਲ ਯਾਰੀ ਕੀ ਆਮ ਲੋਕਾਂ ਨੂੰ ਤੁਹਾਡੇ ਰਾਹੀਂ ਸਿੱਧੀ ਮੁੱਖ ਮੰਤਰੀ ਦਫ਼ਤਰ ਚ ਹੱਥ ਪਵਾ ਸਕਦੀ ਹੈ? ਬਿਲਕੁਲ, ਗੱਲ ਉਹਨੀ ਕਰਿਓ ਜੇ ਪੂਰੀ ਕਰ ਸਕੋ। ਬਿਲਕੁਲ ਜੀ ਬਿਲਕੁਲ, ਇਹਦੇ ਚ ਕੋਈ ਸ਼ੱਕ ਨਹੀਂ ਕਿਉਂਕਿ ਸਾਡੀ ਯਾਰੀ ਬਹੁਤ ਪੁਰਾਣੀ ਹੈ ਔਰ ਬਹੁਤ ਲੋਕਾਂ ਦੇ ਕੰਮ ਕਰਾਏ ਵੀ ਨੇ ਜੀ, ਜਿਹੜੇ ਜੈਨੂਨ ਕੰਮ ਹੁੰਦੇ ਆ ਉਹ ਹਮੇਸ਼ਾ ਮੈਂ ਪ੍ਰਾਇਓਰਟੀ ਤੇ ਕਰਦਾ। ਅੱਛਾ, ਇਹ ਚੋਣ ਲੜਨ ਦਾ, ਇਲੈਕਸ਼ਨ ਚ ਉਤਰਨ ਦਾ ਇੱਕ ਕਾਰਨ ਇੱਕੋ ਇੱਕ ਮੁੱਖ ਤੌਰ ਤੇ ਇਹ ਦੇਖੀਏ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਤੁਹਾਡੀ ਯਾਰੀ ਸੀ, ਉਹਦੇ ਕਰਕੇ ਤੁਹਾਨੂੰ ਲੱਗਿਆ ਕਿ ਹਾਂ ਨਿਤਰਨਾ ਚਾਹੀਦਾ, ਜਾਂ ਫਿਰ ਆਪਦੀ ਵੀ ਕੋਈ ਦਿਲੀ ਇੱਛਾ ਸੀ?
ਮੇਰੀ ਬਿਲਕੁਲ ਨਹੀਂ ਸੀ ਜੀ, ਮੈਂ ਤਾਂ ਬਿਲਕੁਲ ਨਹੀਂ ਸੀ। ਹਾਂ, ਮੇਰੇ ਪਰਿਵਾਰ ਨੂੰ ਕਿਤੇ ਨਾ ਕਿਤੇ ਸੀਗਾ, ਮੁੱਖ ਮੰਤਰੀ ਦਾ ਯਾਰ ਹੈ, ਕਿਤੇ ਨਾ ਕਿਤੇ ਲਾਈ ਹੱਥ ਜਾਂ ਮੇਰੇ ਦੋਸਤਾਂ ਮਿੱਤਰਾਂ ਨੂੰ, ਤੇ ਮੈਂ ਜਵਾਬ ਦਿੱਤਾ ਸੀਗਾ ਜੀ, ਤੇ ਮੈਂ ਕਿਹਾ ਵੀ ਮਾਂ ਸਾਹਿਬ ਮੇਰੇ ਕੋਲ ਤਾਂ ਟਾਈਮ ਹੀ ਹੈ ਨੀ, ਤੇ ਮੈਂ ਮਤਲਬ ਨਹੀਂ ਕਰ ਸਕਦਾ। ਕਹਿੰਦਾ ਇਹ ਤੈਨੂੰ ਬਿਜ਼ੀ ਕੀਤਾ ਕਿਹਨੇ? ਮੈਂ ਕਿਹਾ ਲੋਕਾਂ ਨੇ ਜਿਹੜੇ ਪਿਆਰ ਕਰਦੇ ਆ। ਕਹਿੰਦਾ ਫਿਰ ਲੋਕਾਂ ਲਈ ਵੀ ਕੁਛ ਕਰ ਲੈ ਹੁਣ, ਤੇ ਫਿਰ ਮੈਂ ਦੋਸਤਾਂ ਮਿੱਤਰਾਂ ਨੇ ਵੀ ਇਸ ਗੱਲ ਦਾ ਮਤਲਬ ਕਿਹਾ ਵੀ ਕਈ ਵਾਰੀ ਵਧੀਆ ਲਈ ਇਹ ਹੁੰਦਾ ਸਾਰਾ ਕੁਛ, ਹੈ ਨਾ, ਵੀ ਠੀਕ ਹੈ, ਲੋਕ ਸੇਵਾ ਵੀ ਕਰਨੀ ਚਾਹੀਦੀ ਹੈ, ਤੇ ਫਿਰ ਮੈਂ ਆ ਗਿਆ ਜੀ। ਤੁਹਾਨੂੰ ਲੱਗਦਾ ਹੈ ਕਿ ਅਦਾਕਾਰੀ ਦੇ ਨਾਲ ਤੁਸੀਂ ਲੋਕਾਂ ਦਾ ਦਿਲ ਜਿੱਤਿਆ ਜੀ ਜੀ, ਪਰ ਜਦੋਂ ਬੰਦਾ ਪੋਲੀਟੀਕਲ ਮੰਚ ਤੇ ਆ ਜਾਂਦਾ ਤਾਂ ਅੱਧੇ ਸੱਜੇ ਹੋ ਜਾਂਦੇ ਆ, ਅੱਧੇ ਖੱਬੇ ਹੋ ਜਾਂਦੇ ਆ, ਫਿਰ ਪਿਆਰ ਕਰਨ ਵਾਲੇ ਅੱਧੇ ਰਹਿ ਜਾਂਦੇ ਆ, ਅੱਧੇ ਵਾਰ ਕਰਨ ਵਾਲੇ ਹੋ ਜਾਂਦੇ ਆ। ਉਹ ਤੁਹਾਡੀਆਂ ਪੁਰਾਣੀਆਂ ਫੋਟੋਆਂ ਜਾਂ ਉਹਨਾਂ ਸੀਨਾਂ ਨੂੰ ਲੈ ਕੇ ਵੀ ਬੜੀਆਂ ਚੀਜ਼ਾਂ ਹੋਈਆਂ। ਜਦੋਂ ਉਹ ਹੋਇਆ ਉਦੋਂ ਕੀ ਫੀਲ ਹੋਇਆ? ਐਂ ਤਾਂ ਨਹੀਂ ਲੱਗਿਆ ਕਿ ਯਾਰ ਪੰਗਾ ਲੈ ਲਿਆ? ਨਹੀਂ ਜੀ, ਇਹ ਤਾਂ ਹੁਣ ਮਤਲਬ ਯਕੀਨਨ ਸੀਗਾ ਹੀ ਕਿ ਜਿਹੜੇ ਵਿਰੋਧੀ ਹੁੰਦੇ ਆ ਉਹ ਤਾਂ ਕਰਨਗੇ। ਹਰ ਗੱਡੀਆਂ ਵਾਲੇ ਸੂਟਾਂ ਦੀ ਫੋਟੋ ਬੜੀ ਚੱਲ ਰਹੀ ਹੈ, ਉਹ ਚੱਲੀ ਜਾਵੇ, ਉਹ ਤਾਂ ਮੇਰਾ ਕੰਮ ਹੈ, ਉਹ ਕਰਮ ਹੈ ਮੇਰਾ, ਹੈ ਨਾ। ਮੈਂ ਕੀਤਾ, ਮੈਂ ਕਿਸੇ ਦਾ ਲਹੂ ਤਾਂ ਨਹੀਂ ਪੀਤਾ, ਕੋਈ ਕਿਸੇ ਨਾਲ ਠੱਗੀ ਤਾਂ ਨਹੀਂ ਮਾਰੀ, ਆਪਣੀ ਕਲਾ ਦਿਖਾਈ ਹੈ। ਮੈਂ ਉਹ ਕਲਾ ਦਿਖਾਉਣਾ ਕੋਈ ਮਾੜੀ ਗੱਲ ਤਾਂ ਨਹੀਂ। ਅੱਛਾ, ਕਲਾ ਦੇ ਨਾਲ ਤਾਂ ਤੁਸੀਂ ਲੋਕਾਂ ਨੂੰ ਖੁਸ਼ ਕੀਤਾ, ਉਹਨਾਂ ਦਾ ਦਿਲ ਖੁਸ਼ ਕੀਤਾ, ਪਰ ਜੇ ਕਰਮਜੀਤ ਅਨਮੋਲ ਇੱਥੋਂ ਜਿੱਤ ਜਾਂਦੇ ਆ, MP ਬਣ ਜਾਂਦੇ ਆ, ਤਾਂ ਫਰੀਦਕੋਟ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਕੋਈ ਜ਼ਹਿਨ ਚ ਕੋਈ ਏਦਾਂ ਦੀਆਂ ਚੀਜ਼ਾਂ ਹੈ ਕਿ ਵੀ ਮੈਂ ਹਾਂ ਕਰਨਾ ਕੀ ਹੈ? ਇੱਥੇ ਪ੍ਰੋਜੈਕਟ ਕੋਈ ਜ਼ਹਿਨ ਦੇ ਵਿੱਚ ਹੈ ਕਿ ਜੇ ਮੈਂ ਬਣ ਗਿਆ ਨਾ MP ਤਾਂ ਮੈਂ ਨਾਨਕਿਆਂ ਵਾਲੇ ਹਲਕੇ ਵਾਸਤੇ ਆਹ ਚੀਜ਼ ਕਰ ਦੇਣੀ ਹੈ? ਦੇਖੋ ਜੀ, ਇੱਕ ਤਾਂ ਪੰਜਾਬ ਹੈ ਜਿਹੜਾ ਸਾਡਾ ਸਾਰਾ ਹੀ ਖੇਤੀ ਪ੍ਰਧਾਨ ਸੂਬਾ, ਇੱਥੇ ਫੂਡ ਪ੍ਰੋਸੈਸਿੰਗ ਦੀ ਜਿਹੜੀ ਇੰਡਸਟਰੀ ਆ ਉਹ ਬਹੁਤ ਹੋਣੀ ਜ਼ਰੂਰੀ ਹੈ, ਜਿਹੜੀ ਕਿ ਅੱਜ ਤੋਂ ਬਹੁਤ ਸਾਲ ਪਹਿਲਾਂ ਹੋਣੀ ਚਾਹੀਦੀ ਸੀਗੀ, ਹੈ ਨਾ। ਉਹਦੇ ਤੇ ਮੈਂ ਪੂਰਾ ਜ਼ੋਰ ਲਾਊਂਗਾ, ਜਿੰਨਾ ਮਰਜ਼ੀ ਚਾਹੇ ਮੈਨੂੰ ਕੋਈ ਆਪਣੇ ਸੋਰਸ ਵਰਤਣੇ ਪੈਣ, ਕੋਈ ਮਤਲਬ ਕਰਨਾ ਪਵੇ, ਉਹ ਮੈਂ ਜ਼ਰੂਰ ਇੱਥੇ ਕਰੂੰਗਾ। ਤੇ ਦੂਜਾ, ਇਹ ਕੋਈ ਜਿਹੜੀ ਜਿਵੇਂ ਸਕਿੱਲ ਸੈਂਟਰ ਹੁੰਦੇ ਆ ਉਹ ਕੋਈ ਖੋਲੀਏ, ਹੈ ਨਾ, ਵੀ ਜਿਹਦੇ ਨਾਲ, ਕਿਉਂਕਿ ਹੱਥੀਂ ਕੰਮ ਕਰਨ ਵਾਲਾ ਬੰਦਾ, ਤੁਸੀਂ ਦੇਖਿਆ ਹੋ ਕਿ ਜਿਹੜੀ ਮਿਸਤਰੀ ਕਮਿਊਨਿਟੀ ਹੈ ਪਿਛਲੇ 30 ਸਾਲਾਂ 'ਚ ਸਭ ਤੋਂ ਵੱਧ ਰਾਈਜ਼ ਉਹਨਾਂ ਨੇ ਕੀਤਾ, ਕਿਉਂਕਿ ਉਹ ਹੱਥੀਂ ਕਿਰਤ ਕਰਦੇ, ਹੱਥੀਂ ਕੰਮ ਕਰਦੇ। ਔਰ ਪੰਜਾਬ ਦਾ ਬੇਸਿਕ ਮਿਲਦਾ ਹੈ ਕਿ ਸਾਡਾ ਕਿੱਤਾ ਵੀ ਹੱਥੀਂ ਕੰਮ ਕਰਨਾ ਹੀ ਚਾਹੀਦਾ, ਖੇਤੀ ਹੈ ਚਾਹੇ ਮਿਸਤਰੀ ਹੈ ਚਾਹੇ ਲੋਹਾਰ। ਤੇ ਛੋਟੇ ਖੁਰਪੇ ਬਣਾਉਣ ਵਾਲੇ ਬੰਦੇ ਵੀ ਅੱਜ ਕੰਬਾਈਨਾਂ ਤੱਕ ਪਹੁੰਚ ਗਏ, ਕਿੱਡੀਆਂ ਕਿੱਡੀਆਂ ਚੀਜ਼ਾਂ ਬਣਾਈਆਂ ਉਹਨਾਂ ਨੇ, ਕਿੰਨੀਆਂ ਮਸ਼ੀਨਰੀ ਆ ਗਈਆਂ। ਕਿਸੇ ਕੰਪਨੀ ਦਾ ਨਾਂ ਨਹੀਂ ਲੈਂਦੇ, 3-4 ਤਾਂ ਪੰਜਾਬ 'ਚ ਖੁੱਲੀਆਂ ਹੈ, ਜਿਹੜੇ ਕੰਬਾਈਨਾਂ ਬਣਾਉਂਦੇ ਆ, ਟਰੈਕਟਰ ਬਣਾਉਂਦੇ ਆ, 3-4 ਨੇ ਜੀ, ਬਹੁਤ ਸਾਰੀਆਂ ਨੇ, 3-4 ਤਾਂ ਸਾਡੇ ਸਨਾਮ ਚ ਹੋਣਗੀਆਂ, ਜਿਹੜੇ ਮਿਸਤਰੀ ਤੋਂ ਸ਼ੁਰੂ ਕੀਤਾ ਜਿਹੜਾ ਨੇ, ਮਤਲਬ ਵੀ ਦਾਤੀਆਂ ਖੁਰਪਿਆਂ ਤੋਂ ਸ਼ੁਰੂ ਹੋ ਕੇ, ਕਿਉਂਕਿ ਉਹ ਹੱਥਾਂ ਦੀ ਕਿਰਤ ਹੈ, ਬੰਦਾ ਆਪਦੀ ਕਿਰਤ ਕਰਦਾ ਜਿਹੜਾ ਹੱਥਾਂ ਨਾਲ, ਉਹ ਕਦੇ ਫੇਲ ਨਹੀਂ ਹੋ ਸਕਦਾ, ਦੁਨੀਆਂ ਦੇ ਕਿਸੇ ਵੀ ਕੋਨੇ 'ਚ ਚਲਾ। ਇਹ ਕਰਮਜੀਤ ਅਨਮੋਲ ਕੋਲੇ ਕੋਈ ਐਸਾ ਤੁਹਾਡੇ ਕੋਲੇ ਕੋਈ ਫਾਰਮੂਲਾ ਹੈ ਜਾਂ ਕੋਈ ਏਦਾਂ ਦੀ ਪਲੈਨਿੰਗ ਹੈ ਜ਼ਹਿਨ ਦੇ ਵਿੱਚ ਕਿ ਸਾਡੇ ਬੱਚੇ ਬਾਹਰ ਜਾ ਰਹੇ ਨੇ? ਜੀ ਜੀ, ਬਾਹਰ ਜਾ ਕੇ ਕਰਦੇ ਕੀ? ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਬਾਹਰ ਜਾ ਕੇ ਉਹ ਹਰ ਤਰ੍ਹਾਂ ਦੀ ਲੇਬਰ ਵੀ ਕਰਨੀ ਪੈਂਦੀ ਹੈ, ਸਭ ਕੁਝ ਕਰਨਾ ਪੈਂਦਾ, ਪਰ ਇੱਥੇ ਸਾਡੇ ਜਵਾਕ ਸਕਦੇ ਆ, ਕਰਦੇ ਨਹੀਂ, ਕਹਿੰਦੇ ਅਸੀਂ ਨਹੀਂ ਕਰਨਾ, ਇੱਕ ਪਾਣੀ ਨਹੀਂ ਚੱਕ ਕੇ ਪੀਂਦੇ। ਇੱਕ ਮਾਈਂਡ ਸੈਟਅਪ ਕਰਨਾ ਪਊਗਾ ਕਿ ਜਿਹੜਾ ਕੰਮ ਹੈ ਜਿਹੜਾ ਉੱਥੇ ਜਾ ਕੇ ਕਰਦੇ ਆ, ਜੇ ਇੱਥੇ ਕਰ ਲੈਣ, ਮੇਰਾ ਖਿਆਲ ਇੱਥੇ ਵੀ ਸਾਨੂੰ ਕੋਈ ਚੀਜ਼ ਦੀ ਘਾਟ ਨਹੀਂ ਹੈ। ਉਹਨਾਂ ਨੂੰ ਇਸ ਮਾਹੌਲ ਦੇ ਵਿੱਚ ਉਸ ਸੰਗ ਉਸ ਧੌਣ ਚ ਜਿਹੜਾ ਸਕਿੱਲ ਸਟੋਰ ਹੈ ਜਿਹੜੇ ਆਪਣਾ ਉਹਨਾਂ ਬਾਰੇ ਹੀ ਮਤਲਬ ਤੁਹਾਨੂੰ ਮੈਂ ਕਹਿ ਰਿਹਾ, ਕੋਈ ਸਕਿੱਲ ਯੂਨੀਵਰਸਿਟੀ ਹੋਵੇ ਇੱਥੇ ਜਿਹੜਾ ਹੱਥਾਂ ਦਾ ਹੁਨਰ ਸਿਖਾਇਆ ਜਾਵੇ ਉਹਨਾਂ ਨੂੰ, ਤੇ ਉਹਨਾਂ ਨੂੰ ਉਹਨਾਂ ਦੀ ਐਜੂਕੇਸ਼ਨ ਇਹੋ ਜਿਹੀ ਹੋਵੇ ਵੀ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਕੋਈ ਸੰਗ ਨਾ ਹੋਵੇ। ਹਾਂ, ਮਤਲਬ ਬੇਸਿਕ ਮੈਨੂੰ ਲੱਗਦਾ ਕਿ ਅਸੀਂ ਮੁੱਦਾ ਬੇਸਿਕ ਇਹ ਹੈ ਕਿ ਸਾਨੂੰ ਇਹ ਹੈ ਵੀ ਅਸੀਂ ਆਹ ਕੰਮ ਅਸੀਂ ਥੋੜਾ ਕਰਾਂਗੇ, ਇਹ ਸਾਡੇ ਕੰਮ ਬਾਹਰ ਜਾ ਦੀ ਗੱਡੀ ਧੋਣ ਲੱਗ ਜਾਈਏ, 10 ਗੁਆਂਢੀ ਕਹਿਣ ਲੱਗ ਗਏ ਗੱਡੀ ਆਪ ਤੋਂ ਹੀ ਜਾਂਦਾ ਯਾਰ, ਸਾਡੇ ਤਾਂ ਕਲਚਰ ਹੈ, ਬਸ ਉਹੀ ਤਾਂ ਗੱਲ ਆ। ਹਾਂ, ਤੇ ਇਹ 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 ਜ਼ਰੂਰ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਇਹ ਭਰਨਾ ਪਊਗਾ। ਅੱਛਾ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਇਸ ਵੇਲੇ ਹਾਲਾਤ ਬਣੇ ਨੇ ਕਿਸਾਨੀ ਦੇ,
ਜਿਸ ਤਰ੍ਹਾਂ ਦੇ ਪੋਲੀਟੀਕਲੀ ਸਿਸਟਮ ਬਣਿਆ ਹੋਇਆ, ਇਸ ਮਾਹੌਲ ਦੇ ਵਿੱਚ ਕਿਸਾਨ ਨੂੰ ਸੰਭਾਲਿਆ ਜਾ ਸਕਦਾ? ਕਿਉਂਕਿ ਕਿਸਾਨ ਉੱਧਰ ਬਾਰਡਰਾਂ 'ਤੇ ਬੈਠਾ, ਕਿਸਾਨ ਨੇ ਸਾਫ਼ ਕਰਤਾ, ਬੀਜੇਪੀ ਵਾਲੇ ਕਹਿੰਦੇ ਸਾਨੂੰ ਦਿੱਲੀ ਨਹੀਂ ਵੜਨ ਦਿੰਦੇ, ਅਸੀਂ ਉਹਨਾਂ ਦੇ ਇਹਨਾਂ ਨੂੰ ਪੰਜਾਬ ਦੇ ਪਿੰਡਾਂ 'ਚ ਨਹੀਂ ਆਉਣ ਦੇਣਾ, ਇੱਦਾਂ ਦਾ ਮਾਹੌਲ ਆ ਜਿਹੜਾ ਉਹ ਬਣਦਾ ਜਾ ਰਿਹਾ। ਉਹੀ ਹੈ ਜੀ, ਜਿਹੜਾ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਹੈ ਜਿਹੜੀ, ਉਹ ਪੰਜਾਬ 'ਚ ਹੋਣੀ ਬਹੁਤ ਲਾਜ਼ਮੀ ਹੈ, ਕਿਉਂਕਿ ਉਹਦੇ ਨਾਲ ਸਾਡੇ ਕਿਸਾਨਾਂ ਨੂੰ ਵੀ ਫਾਇਦਾ ਹੋਊਗਾ, ਕਿਉਂਕਿ ਸਾਡੀ ਜਿਹੜੀ ਐਡੀ ਵਧੀਆ ਜ਼ਮੀਨ ਹੈ ਔਰ ਉਹਦੇ 'ਤੇ ਹਰ ਚੀਜ਼ ਉੱਗਦੀ ਹੈ ਨਾ, ਅਤੇ ਹਰ ਹੁਣ ਸਬਜ਼ੀ ਲਾ ਲਓ, ਹੁਣ ਆਉਣ ਵਾਲੇ ਸਮੇਂ 'ਚ ਤੁਸੀਂ ਇਹ ਦੇਖ ਲਓ ਕਿ ਜਿਹੜੀਆਂ ਆਪਣੀਆਂ ਸਬਜ਼ੀਆਂ ਹੋਣਗੀਆਂ ਉਹ ਇੰਪੋਰਟ ਹੋ ਕੇ ਜ਼ਿਆਦਾ ਵੱਧ ਤੋਂ ਵੱਧ ਬਾਹਰ ਜਾਇਆ ਕਰਨ, ਔਰ ਸਭ ਤੋਂ ਵਧੀਆ ਜ਼ਮੀਨ ਹੈ ਸਾਡੀ, ਹਰ ਚੀਜ਼ ਇੱਥੇ ਪੈਦਾ ਹੋ ਸਕਦੀ ਹੈ। ਜਦੋਂ ਫੂਡ ਪ੍ਰੋਸੈਸਿੰਗ ਮਾਹੌਲ ਹੋਊਗਾ ਉਹਦੇ ਨਾਲ ਸਾਡੀ ਕਿਸਾਨੀ ਦਾ ਵੀ ਸੁਧਾਰ। ਅੱਛਾ ਕਰਮਜੀਤ ਜੀ, ਇਸ ਸਿਆਸੀ ਮਾਹੌਲ ਦੇ ਵਿੱਚ ਤੁਸੀਂ ਸਥਿਤੀ ਕਿੱਥੇ ਕੁ ਦੇਖਦੇ ਹੋ? ਦੇਖੋ ਆਮ ਲੋਕਾਂ ਵਾਂਗੂ ਜਿਵੇਂ ਅਸੀਂ ਸੋਚਦੇ ਹਾਂ, ਤੁਸੀਂ ਵੀ ਸੋਚਦੇ ਹਾਂ, ਲੋਕ ਵੀ ਸੋਚਦੇ ਆ, ਸੱਚੇ ਮਨ ਨਾਲ ਗੱਲ ਕਰਿਓ ਵੀ ਅੱਜ ਕਾਫੀ ਦਿਨ ਹੋ ਗਏ ਤੁਹਾਨੂੰ ਪ੍ਰਚਾਰ ਕਰਦੇ ਨੂੰ, ਅੱਜ ਆਪਦੇ ਆਪ ਨੂੰ ਕਿੱਥੇ ਕੁ ਦੇਖਦੇ ਹੋ ਅੱਜ ਜ਼ਹਿਨ ਦੇ ਵਿੱਚ? ਕਿਉਂਕਿ ਲੱਗਦਾ ਨਾ ਕਿ ਯਾਰ ਮੈਂ ਪਹਿਲਾਂ ਤਾਂ ਬੰਦਾ ਸੋਚਦਾ ਕਿ ਯਾਰ ਮੈਂ ਕਿੱਧਰ ਪੰਗਾ ਲੈ ਲਿਆ, ਚੰਗਾ ਭਲਾ ਰੌਣਕਾਂ ਲੱਗੀਆਂ ਸੀ, ਵਧੀਆ ਕੰਮ ਕਰ ਜਾਂਦਾ ਸੀ, ਪੈਸੇ ਵੀ ਮੈਨੂੰ ਲੱਗਦਾ ਚੰਗੇ ਸ਼ਬਦ। ਜੀ ਜੀ ਬਿਲਕੁਲ। ਤੇ ਬੰਦਾ ਇਹ ਸੋਚਦਾ ਕਿ ਯਾਰ ਵਧੀਆ ਕੰਮ ਚੱਲਿਆ ਸੀ, ਮੈਂ ਕਿੱਧਰ ਪੰਗਾ ਲੈ ਲਿਆ, ਜਾਂ ਅੱਜ ਐਸਾ ਮਾਹੌਲ ਤੁਹਾਨੂੰ ਲੱਗਦਾ ਕਿ ਲੱਗਦਾ ਕਿ ਨਹੀਂ ਪੰਗਾ ਲਿਆ ਠੀਕ ਹੈ ਤੇ ਗੱਲ ਨੇੜੇ ਲੱਗਦੀ ਲੱਗਦੀ ਹੈ, ਕੀ ਮਾਹੌਲ ਦੇਖਦੇ? ਦੇਖੋ ਹੁਣ ਜਦੋਂ ਇਸ ਫੀਲਡ 'ਚ ਆ ਗਏ ਤਾਂ ਪੂਰੀ ਤਨਦੇਹੀ ਦੇ ਨਾਲ ਮਿਹਨਤ ਕਰਾਂਗੇ ਜੀ, ਔਰ ਪੂਰਾ ਮਤਲਬ ਕੀ ਕਹਿੰਦੇ ਗੱਜ ਵੱਜ ਕੇ ਕਰਾਂਗੇ। ਗੱਲ ਇਹ ਹੈ ਕਿ ਮਾਹੌਲ ਜਿੰਨਾ ਮਰਜ਼ੀ ਅੱਛਾ ਹੋਵੇ ਪਰ ਮਿਹਨਤ ਕਰਨ ਨੂੰ ਨਹੀਂ ਆਪਾਂ ਹਟਣਾ, ਮਿਹਨਤ ਆਖਰੀ ਦਿਨ ਤੱਕ ਕਰਨੀ ਹੈ ਮੈਂ। ਅੱਛਾ MP ਹੋਣ ਦੇ ਨਾਲ ਨਾਲ ਆਪਣਾ ਪ੍ਰੋਫੈਸ਼ਨ ਜਾਰੀ ਰੱਖੋਗੇ? ਨਹੀਂ, ਉਹ ਤਾਂ ਦੇਖੋ ਜੀ ਜਿਵੇਂ ਕਹਿੰਦੇ ਵੀ ਆਪਣੇ ਰੋਜ਼ੀ ਰੋਟੀ ਉਹ ਹੈ ਮੇਰੀ ਹੈ ਨਾ, ਤੇ ਇਹ ਨਹੀਂ ਹੈਗਾ ਕਿ ਮੈਂ ਮਤਲਬ ਜਮਾਂ ਹੀ ਕੰਮ ਉਹ ਛੱਡ ਦੂੰਗਾ ਜਾਂ ਮੈਂ ਲੋਕਾਂ ਨੂੰ ਨਹੀਂ ਦੇਖੂੰਗਾ, ਲੋਕਾਂ ਨੂੰ ਵੀ ਪੂਰਾ ਟਾਈਮ ਦੇਊਂਗਾ ਤੇ ਉਧਰ ਵੀ ਆਪਦਾ ਕੰਮ ਕਰੂੰਗਾ। ਮੁਕਾਬਲਾ ਕਿਹਦੇ ਨਾਲ ਦੇਖਦੇ ਹੋ? ਆਪਣੇ ਆਪ ਨਾਲ। ਸਾਹਮਣੇ ਕਿਉਂ ਦੇਖਦੇ? ਸਾਹਮਣੇ ਇਹ ਵੀ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਲੋਕਾਂ 'ਚ ਜਾਣਾ ਹੁਣ, ਜਦੋਂ ਕੋਈ ਵੀ ਨੁਮਾਇੰਦਾ ਆਮ ਆਦਮੀ ਪਾਰਟੀ ਦਾ ਬੋਲਦਾ ਸਟੇਜ ਤੋਂ ਤੇ ਲੋਕ ਖੜੇ ਹੋ ਕੇ ਇਹ ਕਹਿੰਦੇ ਆ ਵੀ MLA ਸਾਹਿਬ ਤੁਸੀਂ ਆਹ ਗੱਲ ਭੁੱਲ ਗਏ, ਸਾਡੇ ਪਿੰਡ ਆਹ ਵੀ ਸਹੂਲਤ ਦਿੱਤੀ ਹੈ ਤੁਸੀਂ, ਸਾਡੇ ਪਿੰਡ ਆਹ ਵੀ ਕੀਤਾ, ਤੁਸੀਂ ਆਹ ਵੀ ਕੀਤਾ, ਕੋਈ ਕਹਿੰਦਾ ਸਾਡੇ ਪਿੰਡ ਇੰਨੀਆਂ ਨੌਕਰੀਆਂ ਮਿਲੀਆਂ, ਕੋਈ ਕਹਿੰਦਾ ਸਾਡੇ ਪਿੰਡ ਆਹ ਹੋ ਗਿਆ, ਕੋਈ ਮਤਲਬ ਲੋਕ ਇੰਨੇ ਕੁ ਖੁਸ਼ ਨੇ ਵੀ ਉਹਨੂੰ ਹੁਣ ਅੱਗੇ ਕਿਵੇਂ ਵਧਾਉਣਾ, ਉਹ ਕੰਮਾਂ ਦੇ ਜ਼ਰੀਏ ਵਧਾਉਣਾ, ਵੀ ਜਿਹੜੀ ਵੋਟ ਪਹਿਲਾਂ ਪਈ ਸੀ ਉਸ ਤੋਂ ਵਧਾਉਣੀ ਹੈ ਘਟਾਉਣੀ। ਮੁੱਖ ਮੰਤਰੀ ਸਾਹਿਬ ਫੀਡਬੈਕ ਲਗਾਤਾਰ ਲੈਂਦੇ ਆ? ਬਿਲਕੁਲ ਗੱਲ ਹੁੰਦੀ ਹੈ, ਇੱਕ ਅੱਧੇ ਦਿਨ ਬਾਅਦ ਹੁੰਦੀ ਹੈ ਜੀ, ਕਦੇ ਕਦੇ ਰੋਜ਼ ਵੀ ਹੁੰਦੀ ਹੈ, ਕਦੇ ਕਦੇ ਇੱਕ ਦਿਨ 'ਚ ਕਈ ਵਾਰੀ ਵੀ ਹੋ ਜਾਂਦੀ। ਸਿਆਸੀ ਨੁਕਤਾ ਦੇਣ ਲੱਗ ਗਏ? ਉਹ ਤਾਂ ਲੈਣਾ ਹੀ ਪੈਣਾ ਜੀ। ਤੁਹਾਨੂੰ ਫਿਰ ਸੁਣਦੇ ਨੀ ਕਿ ਕਰਮਜੀਤ ਵੇਲਾ ਤੈਨੂੰ ਇੱਕ ਅੱਧਾ ਨੁਕਤਾ ਦੇ ਦੂੰਗਾ, ਇੱਕ ਅੱਧਾ ਕੋਈ ਗਾਣਾ ਗੁਣਾ ਸੁਣਾ ਦੇ ਯਾਰ, ਕੋਈ ਡਾਇਲੋਗ ਸੁਣਾ ਦੇ। ਕੌਣ ਮਾਨ ਸਾਹਿਬ? ਨਹੀਂ ਨਹੀਂ, ਗਾਣੇ ਗੁਣੇ ਵਾਲਾ ਸਾਡੇ ਨਾਲ ਗੱਲ ਨਹੀਂ ਹੁੰਦੀ ਕਦੇ ਵੀ। ਅੱਛਾ ਜੀ, ਹਾਂਜੀ। ਇੱਕ ਤੁਹਾਡਾ ਯਾਰਾਵੇ, ਉਹ ਜਦੋਂ ਚੱਲਦਾ ਨਾ, ਮੈਨੂੰ ਇੱਕ ਇੱਕ ਬੰਨ ਕੇ ਰੱਖ ਦਿੰਦਾ ਸਭ ਨੂੰ। ਜੀ ਜੀ, ਮੈਂ ਚਾਹੁੰਦਾ ਕਿ ਸਿਆਸੀ ਗੱਲਾਂ ਦੇ ਵਿੱਚ ਜੇ ਪਲੀਜ਼ ਤੁਸੀਂ ਉਹ ਦੋ ਲੈਣਾ ਸੁਣਾਓ ਤਾਂ। ਹੋ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ, ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ।